ਇਹ ਦਵਾਈ ਆ ਠੀਕ ਆ, ਤਿੰਨ ਟਾਈਮ ਦੁੱਧ ਚ ਪੱਤੀ ਪਾ ਕੇ ਖਾ ਲੈਣਾ ਠੀਕ ਆ। ਡਾਕਟਰ ਸਾਹਿਬ ਕੀ ਹੋ ਗਿਆ? ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ। ਕੀ ਹੋ ਗਿਆ ਕੀ ਹੋ ਗਿਆ? ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਡਾਕਟਰ ਸਾਹਿਬ। ਹਾਂਜੀ, ਤੁਹਾਨੂੰ ਮੈਂ ਕੀ ਦੱਸਾਂ, ਰੋਟੀਆਂ ਵੀ ਮੈਂ ਖਾ ਲੈਂਦਾ ਸਵੇਰੇ ਉੱਠ ਕੇ ਤੜਕੇ 7 ਵਜੇ 4 5 ਤੇ ਲੱਸੀ ਦਾ ਗਲਾਸ ਵੀ ਲੈਂਦਾ ਪਾਈ ਅਗਲਾ, ਤੇ ਬਾਅਦ ਵਿੱਚ ਮਿੱਠਾ ਮਿੱਠਾ ਵੀ ਖਾ ਲੈਂਦਾ। ਹਾਂਜੀ, ਗੁੜ ਵੀ ਖਾ ਲਈਦਾ ਨਾਲ ਹੀ। ਪਰ ਮਿਹਨਤ ਵਾਲੀ ਗੱਲ ਆ, ਤੁਸੀਂ ਨਾ ਆਪਣਾ ਟੱਬਰ ਡਾਕਟਰ ਬਦਲ ਲਓ ਠੀਕ ਆ ਨਾ। ਇੱਕ ਤੂੰ ਨਵੀਂ ਜੀ ਵੱਖਰੀ ਜੀ ਬਿਮਾਰੀ ਲੈ ਕੇ ਆਇਆ, ਉੱਤੋਂ ਤੇਰੀ ਜਨਾਨੀ ਆ ਜੀ, ਤੇਰਾ ਭਾਈ ਆ ਜਾਂਦਾ, ਜਨਾਨੀ ਦਾ ਜਦੋਂ ਵੱਖਰਾ ਹੀ ਰੋਲ ਹੁੰਦਾ ਆ, ਚੁੰਨੀਆਂ ਬਦਲ ਬਦਲ ਕੇ ਆ ਜੀ ਸਿਰ ਤੇ, ਡਾਕਟਰ ਸਾਹਿਬ ਮੇਰਾ ਇਲਾਜ ਕਰ ਦੋ, ਡਾਕਟਰ ਸਾਹਿਬ ਮੇਰਾ ਇਲਾਜ ਕਰ ਦੋ ਠੀਕ ਆ ਨਾ। ਉਹ ਭਰਾਵਾ ਡਾਕਟਰ ਬਦਲ ਲਓ ਠੀਕ ਆ ਨਾ, ਨਹੀਂ ਤਾਂ ਭਾਈ ਡਾਕ ਮੈਂ ਤੁਹਾਡਾ ਟੱਬਰ ਨੂੰ ਚੱਕ ਦੇ ਕੇ ਲੱਗੀ ਮਾਰਨਾ। ਤੂੰ ਦਾਰੂ ਛੱਡੀ ਨੀ ਹੈ? ਬਿਲਕੁਲ ਬਹੁਤ ਵਧੀਆ ਜੀ, ਬਹੁਤ ਵਧੀਆ, ਵੈਰੀ ਗੁੱਡ ਵੈਰੀ ਗੁੱਡ, ਬਹੁਤ ਖੁਸ਼ੀ ਹੈ। ਵੈਸੇ ਭਾਈ ਸਾਹਿਬ ਬੋਲਦੇ ਨਾਲ ਭਾਈ ਸਾਹਿਬ। ਹਾਂਜੀ, ਜ਼ਿਆਦਾ ਜ਼ੋਰ ਮੋਲ ਤੇ ਰੱਖਿਆ।